ਹਾਂਜੀ ਬਘੇਲ ਜੀ, ਤੜਕਾ ਪੂਰਾ ਰੈਡੀ ਹੈ। ਠੀਕ ਹੈ ਠੀਕ ਹੈ ਜੀ। ਵੇਖੋ ਕਿੱਦਾਂ ਪਿਆਜ਼ ਲਸਣ ਅਦਰਕ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ। ਮੈਂ ਦੱਸਣਾ ਚਾਹੁੰਦਾ ਕਿ ਅਸਲੀਅਤ ਵਿੱਚ ਮਿਰਚਾਂ ਜਿਹੜੀਆਂ ਨੇ ਨਾ ਥੋੜਾ ਚਿਰ ਬਾਹਰ ਪਾ ਦਈਆਂ ਹੈ, ਪਰ ਕਿਉਂਕਿ ਮੈਂ ਮਾਵਾਂ ਦੀ ਦਾਲ ਬਣਾ ਰਿਹਾ, ਇਹਦੀ ਮਿਰਚਾਂ ਜਿਹੜੀਆਂ ਨੇ ਉਹ ਵੇਚੀ ਦਾਲ ਦੇ ਨਾਲ ਲੰਮੀਆਂ ਲੰਮੀਆਂ ਕੱਟ ਕੇ ਪਾ ਦਿੱਤੀਆਂ ਗਈਆਂ। ਆਲਮੋਸਟ ਬਾਕੀ ਤੜਕਿਆਂ ਦੇ ਅੰਦਰ ਸੀ ਮਿਰਚਾਂ ਨਾਲ ਹੀ ਪਾ ਦਈਆਂ ਥੋੜਾ ਟਾਈਮ ਬਾਅਦ। ਹੁਣ ਦੇਖੋ ਤੁਸੀਂ, ਹੁਣ ਮਸਾਲੇ ਦਾ ਟਾਈਮ ਹੈ। ਮੈਂ ਤੁਹਾਨੂੰ ਦੱਸਾਂਗਾ ਬਘੇਲ ਜੀ, ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਗਰਮ ਮਸਾਲਾ। ਠੀਕ ਠੀਕ ਹੈ ਜੀ। ਗਰਮ ਮਸਾਲੇ ਬਾਰੇ ਤੁਹਾਨੂੰ ਦੱਸਿਆ ਗਿਆ ਸੀ ਕਿ ਬਹੁਤ ਗਰਮ ਹੁੰਦਾ ਹੈ, ਡੰਡਣ ਵਰਗੀ ਠੰਡੀਆਂ ਜਗ੍ਹਾ ਦੇ ਉੱਤੇ ਬਹੁਤ ਕਾਰੀਗਰ ਚੀਜ਼ ਹੈ। ਬਘੇਲ ਜੀ, ਇਹਨੂੰ ਕਹਿੰਦੇ ਆ ਕਿਚਨ ਕਿੰਗ, ਐਮ ਡੀ ਐਚ ਮਾਸ਼ਿਆਂ ਦੀ ਹੱਟੀ, ਕਿਚਨ ਕਿੰਗ ਜਾਣੀ ਕਿ ਕਿਚਨ ਦਾ ਰਾਜਾ, ਰਸੋਈ ਦਾ ਰਾਜਾ। ਇਹ ਤਕਰੀਬਨ ਸਾਰੇ ਮਸਾਲੇ ਮਿਕਸ ਹੁੰਦੇ ਆ ਵੀਰਾਂ ਭਰਾਵਾਂ ਨੂੰ ਦੱਸਿਆ ਜਾਂਦਾ ਕਿ ਇਹ ਜ਼ਰੂਰ ਪਾਉਣਗੇ ਸਾਰੀਆਂ ਦਾਲਾਂ ਤੇ ਹਰ ਸਬਜ਼ੀ ਚ ਪੈਂਦਾ ਹੈ। ਇਹ ਫਿਰ ਆਪਾਂ ਮਾਤਰਾ ਵਧਾ ਘਟਾ ਸਕਦੇ ਹਾਂ ਸਬਜ਼ੀ ਅਕੋਰਡਿੰਗ। ਹੁਣ ਮਸਾਲੇ ਨੂੰ ਘੁਮਾਲੋ, ਕੜਛੀ ਫੇਰੋ, ਤੇਲ ਥੋੜਾ ਇੰਨਾ ਘਟਾ ਲਓ। ਹੁਣ ਬਘੇਲ ਜੀ, ਤੁਹਾਡੇ ਸਾਹਮਣੇ ਕਿਉਂਕਿ ਦਾਲ ਮੱਖਣੀ ਬਣਾਈ ਜਾ ਰਹੀ ਹੈ, ਇਸ ਲਈ ਦਾਲ ਮੱਖਣੀ ਮਸਾਲਾ ਪਾਇਆ ਜਾਏਗਾ। ਖੁਦ ਧੋ ਲਿਆ ਉਹਦਾ ਜੀ, ਬਿਲਕੁਲ ਸਹੀ ਆ ਰਿਹਾ। ਠੀਕ ਹੈ ਜੀ, ਬਘੇਲ ਜੀ, ਦਾਲ ਮੱਖਣੀ ਮਸਾਲਾ ਵੀ ਅਸੀਂ ਵਿੱਚ ਪਾ ਦਿੱਤਾ। ਕੜਛੀ ਘੁਮਾਓ ਜੀ, ਬਘੇਲ ਜੀ, ਮਸਾਲੇ ਤਿਆਰ ਨੇ, ਸਭ ਕੁਝ ਰੈਡੀ ਹੈ। ਹੁਣ ਕਸਰ ਹੈ ਟਮਾਟਰ ਦੀ, ਕਹਿੰਦੇ ਜਦੋਂ ਵੀ ਤੜਕਾ ਥੱਲੇ ਲੱਗਣ ਲੱਗੇ ਤੇ ਟਮਾਟਰ ਪਾੜੋ, ਕਿਉਂਕਿ ਟਮਾਟਰ ਤੜਕੇ ਨੂੰ ਥੱਲੇ ਨਹੀਂ ਲੱਗਣ ਦਿੰਦਾ, ਉਹਦੀ ਚਿਕਨਾਹਟ ਹੁੰਦੀ ਹੈ ਜਿਸ ਕਰਕੇ ਨਹੀਂ ਲੱਗਦਾ। ਜਰਾ ਹੋਲਡ ਕਰੋ, ਮੈਂ ਟਮਾਟਰ ਲੈ ਗਿਆ। ਇਹਨੂੰ ਕਹਿੰਦੇ ਆ ਪੀਲਡ ਪਲੰਮ ਟਮਾਟੋ, ਡੱਬਾ ਬੰਦ ਟਮਾਟਰ ਨੇ, ਕੋਈ ਕੱਟਣ ਦਾ ਝੰਡ ਨਹੀਂ, ਡੱਬਾ ਫੜਿਆ ਏਦਾਂ ਪਾ ਦਿੱਤਾ। ਦੈਟਸ ਇਟ। ਹੁਣ ਆਪਾਂ ਕੜਛੀ ਘੁਮਾਵਾਂਗੇ, ਕੜਛੀ ਘੁਮਾਓ, ਚੰਗੀ ਤਰ੍ਹਾਂ ਅਸੀਂ ਮੈਸ਼ ਕਰ ਲੈਣਾ। ਬਘੇਲ ਜੀ, ਤੜਕੇ ਦਾ ਰੰਗ ਵੇਖੋ, ਤੜਕੇ ਦਾ ਰੰਗ ਜਿੰਨਾ ਲਾਲ ਹੋਏ ਸਮਝੋ ਤੜਕਾ ਉਨਾ ਹੀ ਵਧੀਆ ਬਣਿਆ। ਘਰ ਅਸੀਂ ਕਦੀ ਦੁੱਧ ਵੀ ਨਹੀਂ ਬਾਲਿਆ, ਬਟ ਇੱਥੇ ਆ ਗਏ ਅਸੀਂ। ਦੂਸਰਾ, ਤੁਸੀਂ ਦੱਸੋਗੇ ਕਾਲੇ ਕੁੱਕਰ ਦੇ ਵਿੱਚ ਜੀ ਜੀ ਤੁਸੀਂ ਕਿੰਨੀ ਮਾਤਰਾ ਦਾਲ ਦੀ ਪਾਈ ਹੋਈ ਹੈ ਤੇ ਕਿੰਨੀ ਪਾਣੀ? ਆਹ ਵਾਲੇ ਕੱਪ ਤੁਹਾਨੂੰ ਦੱਸਣਾ ਚਾਹਾਂਗਾ, ਆਹ ਵਾਲੇ ਕੱਪ ਸਹਿਜ ਵੇਖੋ, ਸਹਿਜ ਮਿਲੋ, ਦੋ ਪਾਏ ਨੇ ਦਾਲ ਦੇ, ਮਾਵਾਂ ਦੀ ਦਾਲ ਦੇ। ਤੇ ਜੇਕਰ ਇੱਕ ਕੱਪ ਅਸੀਂ ਦਾਲ ਦਾ ਪਾਉਂਦੇ ਹਾਂ ਭਰ ਕੇ, ਤੇ ਚਾਰ ਕੱਪ ਪਾਣੀ ਪਾਉਣਾ ਹੈ ਅਸੀਂ। ਠੀਕ ਆ ਜੀ, ਜਾਣੀ ਕਿ ਮੈਂ ਪਾਏ ਦੋ ਕੱਪ ਦਾਲ ਦੇ ਤੇ ਅੱਠ ਗਲਾਸ ਪਾਣੀ ਪਾ ਚੁੱਕਾ ਹਾਂ। ਠੀਕ ਆ ਜੀ, ਦਾਲ ਇਸ ਟਾਈਮ ਰਿੱਝਦੀ ਪਈ ਹੈ, ਸੀਟੀਆਂ ਪ੍ਰੋਪਰ ਵੱਜ ਰਹੀਆਂ, ਦਾਲ ਰਿੱਝ ਚੁੱਕੀ ਹੈ, ਅਸੀਂ ਬੰਦ ਕਰਾਂਗੇ। ਹੁਣ ਤੜਕਾ ਬਿਲਕੁਲ ਤਿਆਰ ਹੋ ਜਾਵੇ, ਤੜਕਾ ਬਸ ਦੋ ਕੁ ਮਿੰਟ ਹਿਲਾ ਲਈਏ। ਮੈਂ ਨਾ ਟਮਾਟਰ ਜਿਹੜੇ ਆ ਕੱਟੇ ਨਹੀਂ ਹੁੰਦੇ, ਇਹ ਟਮਾਟਰਾਂ ਨੂੰ ਮਿਕਸ ਕਰਨਾ ਪੈਂਦਾ, ਇਹਨਾਂ ਦਾ ਰਸਾ ਹੁੰਦਾ ਆ। ਇਹ ਸਾਨੂੰ ਕੁਝ ਸਾਡੇ ਆਸਟ੍ਰੇਲੀਆ ਵਾਲੇ ਭਰਾਵਾਂ ਦੇ ਟੈਲੀਫੋਨ ਆਉਂਦੇ ਰਹਿੰਦੇ ਆ ਜੀ, ਉਹ ਤਕਰੀਬਨ ਜੀ
ਸਿੱਖਿਅਤ ਨਾ ਹੋਣ ਕਰਕੇ ਚੰਗੀ ਸਵਾਦੀ ਸਬਜ਼ੀ ਖਾਣ ਤੋਂ ਵਾਂਝੇ ਰਹਿ ਜਾਂਦੇ ਆ। ਜੀ 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 ਜੀ। ਸੋ ਉਹ ਪੀਜ਼ਾ ਚੱਕਦੇ ਆ, ਬਰਗਰ ਚੱਕਦੇ ਆ ਜੀ। ਸੋ ਅਸੀਂ ਉਹਨਾਂ ਦੀ ਪੁਰਜ਼ੋਰ ਮੰਗਦੇ ਉੱਤੇ ਅੱਜ ਅਸੀਂ ਕੰਮ ਤੋਂ ਛੇਤੀ ਵਿਹਲੇ ਹੋ ਕੇ ਅਸੀਂ ਸਪੈਸ਼ਲੀ ਉਹਨਾਂ ਨੂੰ ਗਾਈਡ ਕਰ ਰਹੇ ਹਾਂ। ਜੀ 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 ਜੀ।